गलबात करन दा समां नहीं सी उहनां कोले प्रोग्राम ही इन्ने सीगे वी उह बस आउंदे जदों थोड़ा जिहा मतलब आपदा टाइम हुंदा वी जिवें टाइम दित्ता जी मैं 12 बजे लगना मतलब गाउण तां उहने 12 बजे ही आ जाणा इन्नी उहदी मतलब टाइम दा पाबंद बंदा सी जी उह बहुत पाबंद ते गीजे 'च हत्थ पाया जिन्ने कु उहदे 'च हत्थ 'च पैसे आए ते मैनूं नाम दे के गया जी ਉਹ ਸਮੇਂ 'ਚ ਦਸਾਂ ਦਸਾਂ ਨੋਟ ਮਸ਼ਹੂਰ ਸੀ ਪੂਰੇ ਵਧੀਆ ਉਹਨਾਂ ਦੀ ਵੈਲਿਊ ਸੀ ਅਤੇ ਮੇਰੇ ਵੀ ਨਹੀਂ ਯਾਦ ਵੀ ਉਹ ਕਿੰਨੇ ਨੋਟ ਮੈਨੂੰ ਮਤਲਬ ਨਾਮ 'ਚ ਦੇ ਕੇ ਗਏ ਅਤੇ ਉਦੋਂ ਉਹਦਾ ਗੀਤ ਆਇਆ ਸੀ ਤਲਵਾਰ ਮੈਂ ਕਲਗੀ ਧਰਦੀ ਹਾਂ ਬਹੁਤ ਸੋਹਣਾ ਗੀਤ ਸੀ ਬਹੁਤ ਹੀ ਉਹ ਪ੍ਰਫੁੱਲਿਤ ਹੋਇਆ ਬਹੁਤ ਜ਼ਿਆਦਾ ਅਤੇ ਲੋਕਾਂ ਦੀ ਬਸ ਪਹਿਲਾਂ ਇਹੀ ਮੰਗ ਵੀ ਸਾਨੂੰ ਚਮਕੀਲਾ ਸਾਹਿਬ ਤੁਸੀਂ ਉਹ ਗੀਤ ਸੁਣਾਓ ਪਹਿਲਾਂ ਸ਼ੁਰੂ 'ਚ ਉਹਨਾਂ ਨੇ ਫਿਰ ਉਹ ਗੀਤ ਸੁਣਾਇਆ ਜੀ ਤੁਸੀਂ ਐਂ ਮੰਨ ਲਓ ਵੀ ਮਾੜੀਆਂ ਮਾੜੀਆਂ ਕਣੀਆਂ ਪਹਿਣ ਅਤੇ ਬੱਸਾਂ ਨੰਗੜ ਕੋਲ ਦੀ GT ਰੋਡ ਦੇ ਉੱਤੇ ਸੀਗਾ ਜੀ ਹੁਣ ਤਾਂ ਸੜਕ ਚੌੜੀ ਹੋ ਗਈ ਵੈਸੇ ਤਾਂ ਉਦੋਂ ਲੋਟ ਹੀ ਸੀ ਅਤੇ ਤੁਸੀਂ ਐਂ ਮੰਨ ਲਓ ਵੀ ਲੋਕ ਪਾਣੀ 'ਚ ਹੀ ਬੈਠੇ ਰਹੇ ਨੇ ਉੱਠੇ ਨਹੀਂ ਹਾਂਜੀ ਇਹ ਕ੍ਰੇਜ਼ ਕਹਿ ਸਕਦੇ ਹਾਂ ਆਪਾਂ ਉਸ ਸਮੇਂ ਚਮਕੀਲਾ ਸਾਹਿਬ ਦਾ ਅਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮੰਨ ਲਓ ਚਮਕੀਲਾ ਸਾਹਿਬ ਨਾਲ ਤਾਂ ਚਲੋ ਸਟੇਜ ਸਾਂਝੀ ਕਰੀ ਚਮਕੀਲਾ ਸਾਹਿਬ ਨਾਲ ਤੁਹਾਡੀ ਫਿਰ ਗੱਲਬਾਤ ਵੀ ਹੁੰਦੀ ਹੋਊਗੀ ਗੱਲਬਾਤ ਦੌਰਾਨ ਕੋਈ ਯਾਦ ਹੋਵੇ ਤੁਹਾਡੇ ਚਮਕੀਲਾ ਸਾਹਿਬ ਨਾਲ ਵੀ ਇੱਕ ਤੁਹਾਡਾ ਵਾਕਿਆ ਹੋਇਆ ਸੀਗਾ ਇਹ ਗੱਲਬਾਤ ਤੁਹਾਨੂੰ ਕਹੀ ਹੋਵੇ ਉਹਨਾਂ ਨੇ ਕੋਈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਜੀ ਹੁਣ ਵਾਲੇ ਕਲਾਕਾਰਾਂ ਦੇ ਵਿੱਚ ਅਤੇ ਪਹਿਲਾਂ ਵਾਲੇ ਕਲਾਕਾਰ ਦੇ ਵਿੱਚ ਤੁਹਾਨੂੰ ਕੀ ਜਿਹੜਾ ਫਰਕ ਲੱਗਦਾ ਹੈ ਵੀ ਉਦੋਂ ਕੀ ਜ਼ਿਆਦਾ ਫਰਕ ਸੀਗਾ ਬਹੁਤ ਜ਼ਿਆਦਾ ਫਰਕ ਸੀ ਜਿਵੇਂ ਅਸਮਾਨ ਦਾ ਫਰਕ ਹੈ ਜੀ ਹੁਣ ਅਤੇ ਉਦੋਂ ਦਾ ਹੁਣ ਤਾਂ ਇਹਨਾਂ ਦਾ ਸਮਝ ਹੀ ਨਹੀਂ ਆਉਂਦੀ ਜਿਹੜਾ ਹੁਣ ਗਾਉਂਦੇ ਨੇ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿੰਦੇ ਨੇ ਇਹ ਕਿਉਂਕਿ ਸਾਜ ਵੱਧ ਹੁੰਦੇ ਨੇ ਅਤੇ ਇਹਨਾਂ ਦੀ ਮਤਲਬ ਜਿਹੜੀ ਸਮਝ ਨਹੀਂ ਆ ਰਹੀ ਬੋਲਦੇ ਕੀ ਨੇ ਮੈਂ ਕਹਿੰਦਾ ਵੀ ਜਿੰਨੇ ਗਾਇਕ ਸੀਗੇ ਉਦੋਂ ਸਭ ਤੋਂ ਇੱਕ ਨੰਬਰ 'ਤੇ ਬਾਈ ਚਮਕੀਲੇ ਦੇ ਜਿਹੜੇ ਗਾਣੇ ਸੀਗੇ ਅਤੇ ਜਿਹੜੀ ਉਹਦੀ ਬੋਲੀ ਸੀ ਉਹਦੀ ਸੈਟਿੰਗ ਸੀ ਬਹੁਤ ਵਧੀਆ ਸੀਗੀ ਕੀ ਉਸ ਸਮੇਂ ਜਦੋਂ ਚਮਕੀਲਾ ਸਾਹਿਬ ਅਖਾੜਿਆਂ ਦੇ ਵਿੱਚ ਆਉਂਦੇ ਸੀ ਤੁਸੀਂ ਤਾਂ ਉਹਨਾਂ ਨੂੰ ਆਪਦੀ ਅੱਖੀਂ ਦੇਖਦੇ ਰਹੋਗੇ ਅੱਖਾਂ ਗੱਲਾਂ ਕਰਦੇ ਰਹੋਗੇ ਉਦੋਂ ਵੀ ਇਹ ਚੀਜ਼ ਹੁੰਦੀ ਸੀ ਕਿ ਬਾਉਂਸਰ ਲੈ ਕੇ ਆਉਂਦੇ ਸੀ ਨਾਲ ਕੋਈ ਉਦੋਂ ਸਾਮ ਘਰ ਰਾਹ ਸਾੜ ਦਿੰਦੇ ਹੁੰਦੇ ਸੀ ਵੀ ਬਾਈ ਨੂੰ ਕਹਿੰਦਾ ਜਾਣ ਦਿਓ ਸਟੇਜ 'ਤੇ ਵੀ ਕਦੋਂ ਗਾਉਣ ਲੱਗੇ ਅਤੇ ਕਦੋਂ ਇਹਦਾ ਪ੍ਰੋਗਰਾਮ ਸੁਣੀ ਹੈ ਉਦੋਂ ਤਾਂ ਇੰਨਾ ਮਤਲਬ ਚਮਕੀਲੇ ਨੂੰ ਖਾਸ ਕਰਕੇ ਚਮਕੀਲੇ ਨੂੰ ਤਾਂ ਜਾਣੀ ਇੰਨਾ ਲੋਕ ਚਾਹੁੰਦੇ ਸੀਗੇ ਜੀ ਦੇ ਕਹਿਣ ਤੋਂ ਬਾਹਰ ਨਾਲ ਜੁੜਿਓ ਤੁਸੀਂ ਅਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਨੂੰ ਨਾ ਇੱਕ ਪੁਰਾਣੇ ਸਮੇਂ ਦੇ ਵਿੱਚ ਲੈ ਕੇ ਚੱਲਾਂਗੇ ਕਿਹਾ ਜਾਂਦਾ ਹੈ ਕਿ ਇੱਕ ਦੌਰ ਹੁੰਦਾ ਸੀ ਜਦੋਂ ਮੇਲੇ ਲੱਗਦੇ ਹੁੰਦੇ ਸੀਗੇ ਕਲਾਕਾਰਾਂ ਦੇ ਅਖਾੜੇ ਲੱਗਦੇ ਹੁੰਦੇ ਸੀ ਅਤੇ ਜਿਹੜੇ ਅਖਾੜੇ ਹੁੰਦੇ ਸੀ ਅਖਾੜੇ ਵੀ ਸੱਥਾਂ ਦੇ ਵਿੱਚ ਲੱਗਦੇ ਹੁੰਦੇ ਸੀਗੇ ਪਰ ਅੱਜ ਕੱਲ੍ਹ ਦਾ ਦੌਰ ਜੇਕਰ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਦਾ ਦੌਰ ਟੋਟਲੀ ਡਿਫਰੈਂਟ ਹੋ ਚੁੱਕਿਆ ਹੈਗਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਨੇ ਕਲਾਕਾਰੀ ਦੀ ਗਿਣਤੀ ਤਾਂ ਬਹੁ ਮਾਤਰਾ ਦੇ ਵਿੱਚ ਵਧੀ ਹੋਈ ਹੈ ਪਰ ਦੂਸਰੇ ਪਾਸੇ ਸਾਊਂਡ ਦੀ ਜੇਕਰ ਗੱਲ ਕਰੀਏ ਮਿਊਜ਼ਿਕ ਦੀ ਜੇ ਗੱਲ ਕਰੀਏ ਜਾਂ ਫਿਰ ਗੱਲ ਕਰੀਏ ਮਜੀਸ਼ੀਨਾਂ ਦੀ ਮਜੀਸ਼ੀਨਾਂ ਵਿੱਚ ਵੀ ਕਾਫੀ ਤਬਦੀਲੀ ਆਈ ਹੈਗੀ ਅੱਜ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਜੱਗਾ ਸਿੰਘ ਬਾਪੂ ਜੀ ਇੱਕ ਮੈਂ ਕਹਿਣਾ ਜੇ ਮੈਂ ਜਾਣ ਪਹਿਚਾਣ ਕਰਾਉਣ ਲੱਗ ਜਾਣਾ ਜਾਂ ਵੀ ਇਹਨਾਂ ਦਾ ਟੈਲੈਂਟ ਦੱਸਣ ਲੱਗ ਜਾਂ ਮੈਂ ਕਹਿਣਾ ਮੈਨੂੰ ਕਾਫੀ ਇੰਟਰੋ ਕਾਫੀ ਲੰਬੀ ਚਲੀ ਜਾਣੀ ਹੈਗੀ ਪਰ ਆਪਾਂ ਸ਼ੁਰੂਆਤ ਇਸੇ ਚੀਜ਼ ਤੋਂ ਕਰਾਂਗੇ ਬਾਪੂ ਜੀ ਨਾ ਸਾਊਂਡ ਸਿਸਟਮ ਲਾਉਂਦੇ ਹੁੰਦੇ ਸੀ ਪਰ ਸਾਊਂਡ ਸਿਸਟਮ ਵੀ ਅੱਜ ਕੱਲ੍ਹ ਦੇ ਸਮੇਂ ਦਾ ਨਹੀਂ ਲਾਉਂਦੇ ਹੁੰਦੇ ਸੀਗੇ ਅਮਰ ਸਿੰਘ ਚਮਕੀਲਾ ਜੀ ਹੋਏ ਨੇਗੇ ਕੁਲਦੀਪ ਮਾਣਕ ਜੀ ਹੋਏ ਨੇਗੇ ਕਰਤਾਰ ਰਮਲਾ ਜੀ ਹੋਏ ਨੇਗੇ ਮੈਂ ਕਿਹੜੇ ਕਿਹੜੇ ਕਲਾਕਾਰ ਦਾ ਨਾਮ ਲੈ ਦੇਵਾਂ ਜਿਹੜੇ ਪੁਰਾਣੇ ਫਿੱਟ ਸਿੰਗਰ ਰਹੇ ਨੇਗੇ ਉਹ ਸਿੰਗਰਾਂ ਦੇ ਨਾਲ ਬਾਪੂ ਜੀ ਆਪਦਾ ਰੇਡੀਓ ਲੈ ਕੇ ਜਾਂਦੇ ਹੁੰਦੇ ਸੀ ਜਿਹੜਾ ਸਾਊਂਡ ਸਿਸਟਮ ਉਦੋਂ ਲੱਗਦਾ ਹੁੰਦਾ ਸੀਗਾ ਬਾਲਟੀ ਵਾਲੇ ਰੇਡੀਓ ਲੱਗਦੇ ਹੁੰਦੇ ਸੀ ਜਾਂ ਫਿਰ ਸਪੀਕਰ ਲੱਗਦੇ ਹੁੰਦੇ ਸੀ ਬਾਪੂ ਜੀ ਹਰ ਇੱਕ ਸਿੰਗਰ ਦੇ ਨਾਲ ਜਾ ਕੇ ਉਹ ਰੇਡੀਓ ਲਾਉਂਦੇ ਹੁੰਦੇ ਸੀ ਸਪੀਕਰ ਲਾਉਂਦੇ ਹੁੰਦੇ ਸੀ ਆਪਦੇ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਿਹੜੇ ਸਨ ਦੀਆਂ ਗੱਲਾਂ ਨੇ ਉਹ ਉਸ ਸਮੇਂ ਦਾ ਦੌਰ ਕੀ ਕਹਿੰਦਾ ਸੀਗਾ ਅੱਜ ਕੱਲ੍ਹ ਦੇ ਦੌਰ ਦਾ ਜਿਹੜਾ ਸਾਊਂਡ ਹੈ ਸਾਊਂਡ ਸਿਸਟਮ ਹੈ ਕੀ ਤਬਦੀਲੀ ਆਈ ਹੈਗੀ ਸਤਿ ਸ਼੍ਰੀ ਅਕਾਲ ਬਾਪੂ ਜੀ ਹੋਰ ਠੀਕ ਹੋ ਸਿੱਤਾ ਕੈਮ ਨੇ ਜੀ ਹਾਂਜੀ ਠੀਕ ਠਾਕ ਬਹੁਤ ਵਧੀਆ ਜੀ ਬਾਪੂ ਜੀ ਫਿਰ ਤੁਸੀਂ ਸਾਊਂਡ ਸਿਸਟਮ ਲਾਉਂਦੇ ਰਹੇ ਹੋਗੇ ਅਤੇ ਸਾਊਂਡ ਸਿਸਟਮ ਵੀ ਜਿਹੜੇ ਲਾਉਂਦੇ ਰਹੇ ਹੋਗੇ ਬੜੇ ਨਾਮਵਾਮੀ ਕਲਾਕਾਰ ਹਨਾ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਹੁੰਦੇ ਸੀਗੇ ਪਹਿਲਾਂ ਤਾਂ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਇਹੀ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿਹੜੇ ਕਿਹੜੇ ਕਲਾਕਾਰ ਨਾਲ ਤੁਸੀਂ ਜਿਹੜਾ ਆਪਦਾ ਸਾਊਂਡ ਸਿਸਟਮ ਲਾਉਂਦੇ ਰਹੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕੁਲਦੀਪ ਮਾਣਕ ਮੁਹੰਮਦ ਸਦੀਕ ਨਾਲ ਤਾਂ ਕਈ ਵਾਰੀ ਪ੍ਰੋਗਰਾਮ ਸਾਡੇ ਮਤਲਬ ਵਿਆਹਾਂ 'ਚ ਲੱਗਦੇ ਰਹਿੰਦੇ ਸੀ ਉਸ ਤੋਂ ਬਾਅਦ ਕਰਤਾਰ ਰਮਲਾ ਅਤੇ ਹੋਰ ਮੇਰੇ ਵਾਹਵਾ ਬੰਦੇ ਮਤਲਬ ਯਾਦ ਵੀ ਨਹੀਂ ਹੈਗੇ ਜਿਹੜੇ ਉਦੋਂ ਮਤਲਬ ਆਮ ਚੱਲਦੇ ਹੁੰਦੇ ਸੀ ਅਤੇ ਉਸ ਤੋਂ ਬਾਅਦ ਚੱਲਦੇ ਚੱਲਦੇ ਫਿਰ ਇੱਕ ਸਮਾਂ ਬਦਲਿਆ ਅਮਰ ਸਿੰਘ ਚਮਕੀਲਾ ਆਪਣੇ ਉੱਠਿਆ ਨਵੀਂ ਜੀ ਉਮਰ 'ਚ ਇਹਨਾਂ ਨੇ ਗਾਉਣਾ ਸ਼ੁਰੂ ਕੀਤਾ ਅਤੇ ਸਾਡੇ ਧਨੌਲੇ ਮਤਲਬ ਇੱਕ ਵਾਰੀ ਜਿਹੜਾ ਹੁਣ ਦੀਪਕ ਢਾਬਾ ਹੈ ਉੱਥੇ ਉਹਨਾਂ ਨੇ ਛੋਟਾ ਜਿਹਾ ਹੋਟਲ ਯੂਨੀਅਨ 'ਚ ਕੀਤਾ ਹੋਇਆ ਸੀ ਉੱਥੋਂ ਚੱਕ ਕੇ ਉਹ ਪਰੇ ਲੈ ਗਏ ਸੰਗਰੂਰ ਰੋਡ 'ਤੇ ਅਤੇ ਉਹਨਾਂ ਨੇ ਖੰਡ ਪਾਠ ਸਾਹਿਬ ਪ੍ਰਕਾਸ਼ ਕਰਾਏ ਪਹਿਲਾਂ ਫਿਰ ਭੋਗ ਵਾਲੇ ਦਿਨ ਮਤਲਬ ਇਹ ਅਮਰ ਸਿੰਘ ਚਮਕੀਲਾ ਨੂੰ ਜਿਹੜਾ ਉਹਨਾਂ ਨੇ ਖਾੜੇ ਦੇ ਉਸ 'ਤੇ ਸੱਦਿਆ ਵੀ ਸਾਡੇ ਪ੍ਰੋਗਰਾਮ ਲਾ ਕੇ ਜਾਓ ਜੀ ਅਤੇ ਸਾਡੇ ਪਿੰਡ ਦਾ ਇੱਕ ਮਤਲਬ ਪੁਲਿਸ 'ਚ ਮੁਲਾਜ਼ਮ ਹੈ
ਉਹਨਾਂ ਨਾਲ ਉਹਨਾਂ ਦੀ ਮਰੀਆ ਆੜੀ ਸੀ ਅਮਰ ਸਿੰਘ ਨਾਲ, ਅਤੇ ਉਹਨਾਂ ਨੇ ਫਿਰ ਉਹਨਾਂ ਨੂੰ ਬੁਲਾਇਆ ਅਤੇ ਮੈਂ ਸਪੀਕਰ ਲਾਇਆ ਹੋਇਆ ਸੀਗਾ, ਅਖੰਡ ਪਾਠ ਦਾ ਭੋਗ ਪੈ ਗਿਆ, ਉਦੋਂ ਬਾਅਦ ਚਮਕੀਲਾ ਸਾਹਿਬ ਆਏ ਅਤੇ ਮੈਂ ਆਉਂਦੀ ਦੀ ਤਿਆਰੀ ਕਰੀ। ਮੈਂ ਘੱਟੋ ਘੱਟ 4 ਹਾਰਨ ਲਾ ਕੇ 4 ਮੈਕ ਲਾਏ ਅਤੇ ਜਦੋਂ ਸਟੇਜ 'ਤੇ ਚੜ੍ਹੇ ਮੈਨੂੰ ਚੜ੍ਹਨ ਸਾਰ ਕਹਿੰਦੇ ਬਾਈ ਜੀ ਸਪੀਕਰ ਤੁਹਾਡਾ। ਮੈਂ ਕਿਹਾ ਹਾਂਜੀ। ਕਹਿੰਦਾ ਵੀ ਐਂ ਕਰ ਇੱਕ ਸਟੈਂਡ ਰਹਿਣ ਦੇ, ਬਾਕੀ ਦਾ ਸਾਰੇ ਨੂੰ ਟਰੰਕ 'ਚ ਪਾ ਦੇ। ਅੱਛਾ ਜੀ, ਚਮਕੀਲਾ ਸਾਹਿਬ ਦੇ ਵਰਡਿੰਗ ਸੀ। ਹਾਂਜੀ। ਮੈਂ ਕਿਹਾ ਬਾਈ ਜੀ ਚਲੋ ਤੁਹਾਡੀ ਮਰਜ਼ੀ ਹੈ। ਕਹਿੰਦਾ ਮੈਂ ਕਿਹਾ ਹਾਰਨ ਕਹਿ ਲਾਏ ਨੇ? ਮੈਂ ਜੀ 4 ਨੇ। ਮੈਨੂੰ ਸ਼ੌਂਕ ਸੀਗਾ, ਮੈਂ ਵੀ ਹੁਣ 2 ਹਾਰਨ ਸਟੇਜ ਕਰਨੀ ਕਰ ਦੇਣੇ, 2 ਲੋਕਾਂ ਕਰਨੀ ਕਰ ਦੇਣੇ, ਬਹੁਤ ਵਧੀਆ ਜਾਣੀ ਮੈਨੂੰ ਵੀ ਤਜਰਬਾ ਸੀ ਉਹਨਾਂ ਦਾ। ਪਰ ਮੈਂ ਉਹਨਾਂ ਦੀ ਇੱਕ ਗੱਲ ਮੰਨੀ ਵੀ ਉਹਨਾਂ ਨੇ ਮੇਰੇ 3 ਮੈਕ ਖਿਲਾ ਕੇ ਟਰੰਕ 'ਚ ਪਵਾ ਤੇ, ਉਦੋਂ ਬਾਅਦ ਸਟਾਰਟ ਕੀਤਾ ਪ੍ਰੋਗਰਾਮ ਅਤੇ ਉਦੋਂ ਉਹਦਾ ਗੀਤ ਆਇਆ ਸੀ ਤਲਵਾਰ ਮੈਂ ਕਲੰਗੀ ਧਰਦੀ ਹਾਂ। ਬਹੁਤ ਸੋਹਣਾ ਗੀਤ ਸੀ, ਬਹੁਤ ਹੀ ਉਹ ਪ੍ਰਫੁੱਲਿਤ ਹੋਇਆ ਬਹੁਤ ਜ਼ਿਆਦਾ। ਅਤੇ ਲੋਕਾਂ ਦੀ ਬਸ ਪਹਿਲਾਂ ਇਹੀ ਮੰਗ ਵੀ ਸਾਨੂੰ ਚਮਕੀਲਾ ਸਾਹਿਬ ਤੁਸੀਂ ਉਹ ਗੀਤ ਸੁਣਾਓ ਪਹਿਲਾਂ ਸ਼ੁਰੂ 'ਚ। ਉਹਨਾਂ ਨੇ ਫਿਰ ਉਹ ਗੀਤ ਸੁਣਾਇਆ ਜੀ, ਤੁਸੀਂ ਐਂ ਮੰਨ ਲਓ ਵੀ ਮਾੜੀਆਂ ਮਾੜੀਆਂ ਕਣੀਆਂ ਪੈਣ ਅਤੇ ਬੱਸਾਂ ਲੰਘਣ ਕੋਲ ਦੀ GT ਰੋਡ ਦੇ ਉੱਤੇ ਸੀਗਾ ਜੀ, ਹੁਣ ਤਾਂ ਸੜਕ ਚੌੜੀ ਹੋ ਗਈ, ਵੈਸੇ ਤਾਂ ਉਦੋਂ ਲੋਟ ਹੀ ਸੀ। ਅਤੇ ਤੁਸੀਂ ਐਂ ਮੰਨ ਲਓ ਵੀ ਲੋਕ ਪਾਣੀ 'ਚ ਹੀ ਬੈਠੇ ਰਹੇ ਨੇ, ਉੱਠੇ ਨਹੀਂ। ਹਾਂਜੀ, ਇਹ ਪੇਜ਼ ਕਹਿ ਸਕਦੇ ਹਾਂ ਆਪਾਂ ਉਸ ਸਮੇਂ ਚਮਕੀਲਾ ਸਾਹਿਬ ਦਾ। ਅਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਮੰਨ ਲਓ ਚਮਕੀਲਾ ਸਾਹਿਬ ਨਾਲ ਤਾਂ ਚਲੋ ਸਟੇਜ ਸਾਂਝੀ ਕਰੀ, ਚਮਕੀਲਾ ਸਾਹਿਬ ਨਾਲ ਤੁਹਾਡੀ ਫਿਰ ਗੱਲਬਾਤ ਵੀ ਹੁੰਦੀ ਹੋਊਗੀ। ਗੱਲਬਾਤ ਦੌਰਾਨ ਕੋਈ ਯਾਦ ਹੋਵੇ ਤੁਹਾਡੇ ਚਮਕੀਲਾ ਸਾਹਿਬ ਨਾਲ ਵੀ ਇੱਕ ਤੁਹਾਡਾ ਵਾਕਿਆ ਹੋਇਆ ਸੀਗਾ, ਇਹ ਗੱਲਬਾਤ ਤੁਹਾਨੂੰ ਕਹੀ ਹੋਵੇ ਉਹਨਾਂ ਨੇ ਕੋਈ, ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਜੀ। ਦੇਖੋ ਜੀ, ਗੱਲਬਾਤ ਵੈਸੇ ਨੇ ਉਹਨਾਂ ਨੂੰ ਸਮਾਂ ਹੀ ਨਹੀਂ ਸੀਗਾ, ਗੱਲਬਾਤ ਕਰਨ ਦਾ ਸਮਾਂ ਨਹੀਂ ਸੀ ਉਹਨਾਂ ਕੋਲ, ਪ੍ਰੋਗਰਾਮ ਹੀ ਇੰਨੇ ਸੀਗੇ ਵੀ ਉਹ ਬਸ ਆਉਂਦੇ ਜਦੋਂ ਥੋੜ੍ਹਾ ਜਿਹਾ ਮਤਲਬ ਆਪਦਾ ਟਾਈਮ ਹੁੰਦਾ ਵੀ ਜਿਵੇਂ ਟਾਈਮ ਦਿੱਤਾ ਜੀ ਮੈਂ 12 ਵਜੇ ਲੱਗਣਾ ਮਤਲਬ ਗਾਉਣ, ਤਾਂ ਉਹਨੇ 12 ਵਜੇ ਆ ਜਾਣਾ। ਇੰਨੀ ਉਹਦੀ ਮਤਲਬ ਟਾਈਮ ਦਾ ਪਾਇਬੰਦ ਬੰਦਾ ਸੀ ਜੀ ਉਹ, ਬਹੁਤ ਪਾਇਬੰਦ। ਅਤੇ ਅੱਜ ਕੱਲ੍ਹ ਦੇ ਕਲਾਕਾਰ ਤਾਂ ਵੇਟ ਬਹੁਤ ਕਰਾਉਂਦੇ ਨੇਗੇ, ਜਦੋਂ ਤੱਕ ਕਹਿੰਦੇ ਆਡੀਅੰਸ ਨਹੀਂ ਇਕੱਠੀ ਹੁੰਦੀ ਤਾਂ ਤੱਕ ਨਾ ਮਤਲਬ ਕੋਈ ਬੁਲਾਰਾ ਹੀ ਲੱਗਿਆ ਹੁੰਦਾ ਗਾ ਜਾਂ ਫਿਰ ਕੋਈ ਹੋਰ ਛੋਟਾ ਮੋਟਾ ਸਿੰਗਰ ਲਾ ਲੈਂਦੇ ਨੇ, ਵੀ ਜਦੋਂ ਤੱਕ ਆਡੀਅੰਸ ਇਕੱਠੀ ਹੋਵੇ ਉਸ ਤੋਂ ਬਾਅਦ ਉਹ ਆਉਂਦੇ ਨੇਗੇ, ਚਾਹੇ ਟਾਈਮ ਚਾਹੇ 2 ਵਜੇ ਦਾ ਹੋਵੇ ਚਾਹੇ 4 ਵਜੇ ਜਾਣ, ਜਦ ਤੱਕ ਇਕੱਠ ਨਹੀਂ ਹੁੰਦਾ ਨਾ ਆਡੀਅੰਸ ਆਉਂਦੀ ਨਹੀਂ। ਹੁਣ ਵਾਲੇ ਕਲਾਕਾਰਾਂ ਦੇ ਵਿੱਚ ਅਤੇ ਪਹਿਲਾਂ ਵਾਲੇ ਕਲਾਕਾਰ ਦੇ ਵਿੱਚ ਤੁਹਾਨੂੰ ਕੀ ਜਿਹੜਾ ਫਰਕ ਲੱਗਦਾ ਹੈ ਵੀ ਉਦੋਂ ਕੀ ਜ਼ਿਆਦਾ ਫਰਕ ਸੀਗਾ? ਬਹੁਤ ਜ਼ਿਆਦਾ ਫਰਕ ਸੀ, ਜਿਵੇਂ ਅਸਮਾਨ ਦਾ ਫਰਕ ਹੈ ਜੀ ਹੁਣ ਅਤੇ ਉਦੋਂ ਦਾ। ਹੁਣ ਤਾਂ ਇਹਨਾਂ ਦਾ ਸਮਝ ਹੀ ਨਹੀਂ ਆਉਂਦੀ ਜਿਹੜਾ ਹੁਣ ਗਾਉਂਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿੰਦੇ ਨੇ ਇਹ, ਕਿਉਂਕਿ ਸਾਜ਼ ਵੱਧ ਹੁੰਦੇ ਨੇ ਅਤੇ ਇਹਨਾਂ ਦੀ ਮਤਲਬ ਜਿਹੜੀ ਸਮਝ ਨਹੀਂ ਆ ਰਹੀ ਬੋਲਦੇ ਕੀ ਨੇ। ਅਤੇ ਉਦੋਂ ਤਾਂ ਇਹ ਮੰਨ ਲਓ ਵੀ ਜਦੋਂ ਚਮਕੀਲਾ ਸਾਹਿਬ ਅਜੇ ਆਏ ਨਹੀਂ ਸੀ, ਲੋਕ ਬੈਠੇ ਸੀ ਪਹਿਲਾਂ ਹੀ, ਇੰਨੇ ਲੋਕ ਬੈਠੇ ਸੀ, ਮੈਂ ਕਹਿੰਦਾ ਵੀ ਸੜਕ ਤੋਂ ਲੰਘਣ ਨੂੰ ਥਾਂ ਨਹੀਂ ਸੀ, ਇਹ ਸੱਚਾਈ ਹੈ। ਇੱਕ ਤਾਂ ਹੁੰਦਾ ਨਾ ਵੀ ਬੰਦਾ ਉਹ ਗੱਲ ਬਣਾਉਂਦਾ, ਮੈਂ ਆਪਦੇ ਹੱਡੀ ਹੰਡਾਇਆ ਮੈਨੂੰ ਪਤਾ। ਕਿਹੜੇ ਸੰਦ ਦੀ ਗੱਲ ਹੋਊਗੀ ਜੀ ਆਪਾਂ ਜਗਤ ਸਿੰਘ ਜੀ ਜੇਕਰ ਗੱਲ ਕਰੀਏ ਤਾਂ? ਇਹ 84 ਤੋਂ ਪਹਿਲਾਂ, ਹੁਣ ਪੱਕਾ ਮੇਰੇ ਸੰਨ ਯਾਦ ਨਹੀਂ, 84 ਤੋਂ ਪਹਿਲਾਂ ਦੀ ਗੱਲ ਹੈ ਇਹ। ਹਾਂਜੀ, ਅਤੇ ਉਹ ਸਮੇਂ ਦੇ ਵਿੱਚ ਜਾਣੀ ਇਹਨਾਂ ਨੂੰ ਇੰਨਾ ਲੋਕ ਯਾਦ ਕਰਦੇ ਸੀਗੇ ਚਮਕੀਲਾ ਸਾਹਿਬ ਨੂੰ, ਬਸ ਗੱਲਾਂ ਹਰੇਕ ਬੰਦਾ ਚਮਕੀਲੇ ਨਹੀਂ ਕਰਦਾ ਸੀਗਾ ਅਤੇ, ਪਰ ਮੇਰੇ ਨਾਲ ਉਹਦਾ ਇੰਨਾ ਪਿਆਰ ਪੈ ਗਿਆ 2 ਘੰਟਿਆਂ ਦੇ ਵਿੱਚ। ਮੈਨੂੰ ਕਹਿੰਦਾ ਵੀ ਸਾਥੀ ਗੱਲ ਇਹ ਹੈ ਵੀ ਤੇਰਾ ਨਾਂ ਕੀ ਆ? ਮੈਂ ਜੱਗਾ ਸਿੰਘ। ਕਹਿੰਦਾ ਵੀ ਇਦੋਂ ਬਾਅਦ ਜਦੋਂ ਮੈਂ ਧਨੌਲੇ 'ਚ ਆਊਂਗਾ ਤਾਂ ਨਾ ਅਤੇ ਮੈਂ ਤੇਰੇ ਸਪੀਕਰ ਬਿਨਾਂ ਨਹੀਂ ਗਾਊਂਗਾ। ਮੈਂ ਕਿਹਾ ਜੀ ਤੁਹਾਡੇ ਸਾਊਂਡ ਸਿਸਟਮ ਦੇ ਫੈਨ ਹੋ। ਹਾਂ ਜੀ, ਬਸ ਮੈਨੂੰ ਉਹ ਜਾਣੀ ਮੈਨੂੰ ਵੀ ਚੱਤ ਗਿਆ ਅਤੇ ਮੇਰਾ ਵੀ ਉਹਦੇ ਪ੍ਰੋਗਰਾਮ ਫਿੱਟ ਆ ਗਿਆ ਜਿਹੜਾ ਮੈਂ ਮੂਹਰੇ ਸਪੀਕਰ ਲਾਇਆ ਸੀਗਾ। ਅਤੇ ਜਾਂਦਾ ਹੋਇਆ ਫਿਰ ਬਾਅਦ 'ਚ ਮਤਲਬ ਇਹ ਅਨਾਊਂਸਮੈਂਟ ਕਰ ਗਿਆ ਵੀ ਜਦੋਂ ਮੈਂ ਧਨੌਲੇ ਮੇਰਾ ਕੋਈ ਪ੍ਰੋਗਰਾਮ ਹੋਵੇ ਸਾਥੀ ਜੱਗਾ ਸਿੰਘ ਦਾ ਸਪੀਕਰ ਹੋਣਾ ਚਾਹੀਦਾ ਅਤੇ ਮੈਂ ਤਾਂ ਫਿਰ ਗਾਊਂਗਾ। ਹਾਂਜੀ, ਉਹਨੇ ਫਿਰ ਮੈਂ ਜਦੋਂ ਤੁਰੇ ਉਹ ਮਤਲਬ ਸਟੇਜ ਤੋਂ ਉਤਰਨ ਵੇਲੇ ਅਤੇ ਗੀਜੇ 'ਚ ਹੱਥ ਪਾਇਆ, ਜਿੰਨੇ ਕੁ ਉਹਦੇ 'ਚ ਹੱਥ 'ਚ ਪੈਸੇ ਆਏ ਅਤੇ ਮੈਨੂੰ ਨਾਮ ਦੇ ਕੇ ਗਿਆ ਜੀ। ਉਸ ਸਮੇਂ 'ਚ 10-10 ਨੋਟ ਮਸ਼ਹੂਰ ਸੀ ਪੂਰੇ, ਵਧੀਆ ਉਹਨਾਂ ਦੀ ਵੈਲਿਊ ਸੀ ਅਤੇ ਮੇਰੇ ਵੀ ਨਹੀਂ ਯਾਦ ਵੀ ਉਹ ਕਿੰਨੇ ਨੋਟ ਮੈਨੂੰ ਮਤਲਬ ਨਾਮ 'ਚ ਦੇ ਕੇ ਗਏ। ਜੱਗਾ ਸਿੰਘ ਜੀ, ਉਸ ਸਮੇਂ ਦੀ ਜੇਕਰ ਗੱਲ ਕਰੀਏ ਨਾ, ਅੱਜ ਕੱਲ੍ਹ ਦੇ ਜਿਹੜੇ ਸਾਊਂਡ ਸਿਸਟਮ ਨੇ ਨਾ ਬੜੇ ਮਹਿੰਗੇ ਹੋ ਚੁੱਕੇ ਨੇ, ਅਗਰ ਕਿਸੇ ਨੇ ਮੰਨ ਲਓ ਕੋਈ ਕਲਾਕਾਰ ਲਾਉਣਾ ਵੀ ਹੁੰਦਾ ਤਾਂ ਮੇਰੇ ਖਿਆਲ ਨਾਲ 2-2.5 ਲੱਖ ਦਾ ਕੱਲਾ ਸਾਊਂਡ ਸਿਸਟਮ ਆਉਂਦਾ ਗਾ। ਉਸ ਸਮੇਂ ਦੀ ਗੱਲ ਕਰੀਏ ਜਦੋਂ ਤੁਸੀਂ ਚਮਕੀਲਾ ਸਾਹਿਬ ਦੇ ਨਾਲ ਸਾਊਂਡ ਲਾਉਂਦੇ ਰਹੇ ਹੋ, ਉਦੋਂ ਅਸਲ ਦੇ ਵਿੱਚ ਕੀ ਵੈਲਿਊ ਹੁੰਦੀ ਸੀ ਰੁਪਈਏ ਦੀ ਜਾਂ ਫਿਰ ਇੱਕ ਅਖਾੜੇ ਦੇ ਕਿੰਨੇ ਰੁਪਈਏ ਮਿਲਦੇ ਸੀ ਤੁਹਾਨੂੰ? ਸਾਨੂੰ ਕਿਹੜੇ ਮਿਲਦੀ ਸੀ ਤਾਂ ਮਤਲਬ ਸਾਰਾ ਉਦੋਂ ਜੇ 3 ਦਿਨ ਪ੍ਰੋਗਰਾਮ ਆਉਂਦਾ ਤਾਂ ਅਗਲਾ ਬਸ ਵੱਧ ਤੋਂ ਵੱਧ 200-300 ਰੁਪਈਏ ਦਿੰਦਾ ਸੀ। 2 ਜਾਂ 3 ਦਿਨ ਦੇ? ਹਾਂਜੀ, 3 ਦਿਨ ਦੇ ਬਸ ਸਾਰੇ ਹੀ ਉਦੋਂ ਮਤਲਬ ਤੁਸੀਂ ਮੰਨ ਲਓ ਵੀ 20 ਜਾਂ 30 ਰੁਪਈਏ ਦਿਹਾੜੀ ਮੰਨ ਕੇ ਚਲੋ ਅਤੇ 100 ਰੁਪਈਆ ਤਾਂ ਕੋਈ ਦਿੰਦਾ ਹੁੰਦਾ ਸੀ 3 ਦਿਨਾਂ ਦਾ, ਨਹੀਂ ਬਸ ਲਿਹਾਜ਼ ਬਾਹਲੀ ਦੀ ਸਾਡੀ ਜੇ ਕਿਸੇ ਨੇ ਦੇਤੇ ਵਧੀਆ ਨਹੀਂ ਅਸੀਂ ਲੈਂਦੇ ਮੰਗਦੇ ਵੀ ਨਹੀਂ ਸੀ, ਸਾਡਾ ਸੁਭਾਅ ਇਹ ਸੀਗਾ। ਹਾਂਜੀ, ਅਗਲਾ ਆਪਣੇ ਆਪ ਦੇ ਦਿੰਦਾ, ਜਿੰਨੇ ਕੁ ਦੇ ਦਿੰਦਾ ਚਲੋ ਠੀਕ ਹੈ, ਕਿਉਂਕਿ ਸਾਨੂੰ ਵੀ ਇਹ ਸੀ ਵੀ ਚੱਲ ਲੋਕਾਂ 'ਚ ਸਾਡੀ ਬਣੇ ਅਤੇ ਇਸ ਕਰਕੇ ਕਈ ਗਾਉਣ ਵਾਲਿਆਂ ਦਾ ਮੇਰੇ ਮਤਲਬ ਅਸੀਂ ਮੈਂ ਸਾਊਂਡ ਲਾਇਆ ਉਦੋਂ ਸਪੀਕਰ ਲਾਇਆ ਅਤੇ ਪਰ ਸਭ ਤੋਂ ਵਧੀਆ ਮੈਨੂੰ ਜਿਹੜੇ ਚਮਕੀਲਾ ਸਾਹਿਬ ਦੇ ਬੋਲ ਜਾਂ ਉਹਦੇ ਸੈਟਿੰਗ ਜਿਹੜੀ ਉਹ ਗਾਉਣ ਦੀ ਮਤਲਬ ਉਹਦੀ ਸੀ ਨਾ ਢੰਗ, ਉਹ ਬਹੁਤ ਵਧੀਆ ਸੀਗਾ।
ਬਹੁਤ ਵਧੀਆ ਲੱਗਦੇ ਕਿ ਉਹ ਇੱਕ ਤਾਂ ਉਹ ਸੂਰ ਸਰਾਬਾ ਨਹੀਂ ਸੀ ਉਦੋਂ, ਮਤਲਬ ਆ ਜਿਵੇਂ ਢੋਲਕੀ ਵਾਲੇ ਅੱਡ ਚਾਰ ਪੰਜ ਬੈਠੇ ਆ ਬਾਜਾਂ ਵਾਲੇ ਅੱਡ ਜਾਂ ਹੋਰ ਸੈਣੇ ਸੁਣੇ ਜੇ ਬਜਾਏ ਜਿਵੇਂ ਹੁਣ ਕਰਦੇ ਆ ਜੀ, ਹੁਣ ਤਾਂ ਮਿਊਜ਼ਿਕ ਹੀ ਚੱਲੇ ਨਾ ਸਮਝ ਤਾਂ ਆਉਂਦੀ ਨਹੀਂ ਵੀ ਬੰਦਾ ਕਹਿੰਦਾ ਕੀ ਹੈ, ਪਰ ਉਦੋਂ ਜਿਵੇਂ ਜੱਗਾ ਸਿੰਘ ਜੀ ਅੱਜ ਕੱਲ੍ਹ ਨਾ ਸਾਊਂਡ ਕਾਫੀ ਜ਼ਿਆਦਾ ਵੱਧ ਚੁੱਕਿਆ ਹੈਗਾ, ਜਿਵੇਂ ਕਿ ਕਿਹਾ ਜਾਂਦਾ ਕਿ ਜਦੋਂ ਇੱਕ ਕਲਾਕਾਰ ਨੇ ਗਾਉਣਾ ਹੁੰਦਾ ਹੈਗਾ ਤਾਂ ਪਤਾ ਹੀ ਨਹੀਂ ਕਿੰਨੇ ਕੁ ਸਾਊਂਡ ਮਜੀਸ਼ੀਅਨ ਬੈਠੇ ਹੁੰਦੇ ਨੇਗੇ, ਕਿੰਨੇ ਕੁ ਮਾਈਕ ਲੱਗੇ ਹੁੰਦੇ ਨੇਗੇ, ਬੜਾ ਵੱਡਾ ਜਿਹੜਾ ਹੁੰਦਾ ਹੈਗਾ ਸਿਸਟਮ ਲਾਉਣਾ ਪੈਂਦਾ ਹੈਗਾ। ਉਸ ਸਮੇਂ ਤੁਸੀਂ ਜਿਵੇਂ ਕਿ ਦੱਸਿਆ ਕਿ ਇੱਕ ਮਾਈਕ ਦੇ ਉੱਤੇ ਚਮਕੀਲਾ ਸਾਹਿਬ ਗਾਣਾ ਗਾ ਦਿੰਦੇ ਸੀਗੇ ਅਤੇ ਪੂਰਾ ਅਖਾੜਾ ਮਗਨ ਕਰ ਦਿੰਦੇ ਸੀਗੇ, ਤੁਸੀਂ ਉਹਨੂੰ ਕੀ ਲੱਗਦਾ ਹੈ ਜਿਹੜੀ ਅੱਜ ਕੱਲ੍ਹ ਦਾ ਸਾਊਂਡ ਸਿਸਟਮ ਹੈ ਤੁਹਾਡੇ ਸਾਹਮਣੇ ਜ਼ਿਆਦਾ ਵੱਧ ਚੁੱਕਿਆ ਹੈਗਾ, ਸ਼ੋਰ ਪ੍ਰਦੂਸ਼ਣ ਜ਼ਿਆਦਾ ਹੋ ਰਿਹਾ? ਹੁਣ ਤਾਂ ਜਮਾ ਸ਼ੋਰ ਹੀ ਹੈ ਜੀ, ਹੋਰ ਕੁਛ ਨਹੀਂ ਬੱਲੇ ਪੈਂਦਾ। ਅਤੇ ਜਿਵੇਂ ਹੁਣ ਪੈਲਸਾਂ ਦੇ ਵਿੱਚ ਆਪਾਂ ਦੇਖਦੇ ਹਾਂ ਜੀ, ਪੈਲਸਾਂ ਦੇ ਵਿੱਚ ਤਾਂ ਮੇਰੇ ਵਰਗੇ ਤੋਂ ਬੈਠ ਹੀ ਨਹੀਂ ਹੁੰਦਾ, ਬਾਹਰੇ ਬਹਿ ਕੇ ਆ ਕੇ ਬਹਿ ਜਾਂਦੇ ਹਾਂ ਜੀ, ਕਿਉਂਕਿ ਜਿਹੜਾ ਉਹਦਾ ਸੋਰ ਸਰਾਬਾ ਉਹ ਨਾ ਤਾਂ ਸਮਝ ਆਉਂਦੀ ਹੈ ਜੀ ਉਹਨਾਂ ਦੀ, ਜਿਹੜੇ ਹੁਣ ਸਾਊਂਡ ਚੱਲਦੇ ਆ ਉਹਨਾਂ ਦਾ ਕੁਛ ਨਹੀਂ ਪਤਾ ਲੱਗਦਾ, ਸਾਜ਼ ਹੀ ਵੱਜੀ ਜਾਂਦੇ ਨੇ ਵੀ ਕੀ ਉਹ ਗਾਉਂਦੇ ਆ, ਕੀ ਉਹਦਾ ਰਿਜ਼ਲਟ ਹੈ, ਕੁਛ ਨਹੀਂ। ਉਦੋਂ ਜਿਹੜਾ ਚਮਕੀਲਾ ਸਾਹਿਬ ਗਾਉਂਦੇ ਸੀ ਉਹਦੀਆਂ ਗੱਲਾਂ ਦਾ ਰਿਜ਼ਲਟ ਗਾਣਿਆਂ ਦਾ ਬਹੁਤ ਵਧੀਆ ਨਿਕਲਦਾ ਸੀਗਾ, ਜੇ ਕੱਢਣਾ ਹੋਵੇ ਨਾ ਬਹਿ ਕੇ, ਅਤੇ ਉਹ ਸਮਾਜਿਕ ਗੀਤ ਗਾਉਂਦੇ ਸੀ, ਯਾਨੀ ਮੈਂ ਕਹਿੰਦਾ ਵੀ ਜਿੰਨੇ ਗਾਇਕ ਸੀਗੇ ਉਦੋਂ ਸਭ ਤੋਂ ਇੱਕ ਨੰਬਰ 'ਤੇ ਬਾਈ ਚਮਕੀਲੇ ਦੇ ਜਿਹੜੇ ਗਾਣੇ ਸੀਗੇ, ਅਤੇ ਜਿਹੜੀ ਉਹਦੀ ਬੋਲੀ ਸੀ ਉਹਦੀ ਸੈਟਿੰਗ ਸੀ ਬਹੁਤ ਵਧੀਆ ਸੀਗੀ। ਤੁਹਾਡੇ ਨਾਲ ਤਾਂ ਚਮਕੀਲਾ ਸਾਹਿਬ ਜੀ ਦਾ ਫਿਰ ਕਾਫੀ ਜ਼ਿਆਦਾ ਪਿਆਰ ਰਿਹਾ ਹੋਣਾ, ਕਿਉਂਕਿ ਤੁਹਾਡੇ ਨਾਲ ਮਿਲਦੇ ਵੀ ਰਹੇ ਨੇ, ਤੁਸੀਂ ਪ੍ਰੋਗਰਾਮਾਂ 'ਤੇ ਵੀ ਉਹਨਾਂ ਦੇ ਜਾਂਦੇ ਹੁੰਦੇ ਸੀ, ਸਾਊਂਡ ਸਿਸਟਮ ਤੁਹਾਡਾ ਹੁੰਦਾ ਸੀ, ਗੱਲਾਂ ਵੀ ਕਰਦੇ ਸੀਗੇ। ਫਿਰ ਜਦੋਂ ਉਹਨਾਂ ਦੀ ਡੈਥ ਹੋਈ ਹੈਗੀ ਉਹਨਾਂ ਨਾਲ, ਹੈ ਨਾ, ਜਿਹੜੀ ਹੁਣੇ ਘਟਨਾ ਵਾਪਰੀ ਹੈ, ਫਿਰ ਮਨ ਉਦਾਸ ਹੋਇਆ, ਉਦੋਂ ਦੁੱਖ ਹੋਇਆ? ਰੋਟੀ ਨਹੀਂ ਖਾਧੀ ਗਈ ਮੈਂ ਤੋਂ 2 ਦਿਨ, ਮੈਂ ਇੰਨਾ ਜਾਣੀ ਉਹ ਬੰਦੇ ਨਾਲ ਮੇਰਾ ਪਿਆਰ ਪੈ ਗਿਆ ਅੰਦਰ ਹੀ ਕੁਦਰਤੀ ਨਾਲੇ। ਉਦੋਂ ਬਾਅਦ ਮੈਨੂੰ ਇੱਕ ਵਾਰੀ ਮਿਲਿਆ ਜੀ ਉਹ ਸਾਡੇ ਪਿੰਡ 'ਚੋਂ, ਇੱਥੋਂ ਮਾਨਾ ਪਿੰਡੀ ਆ ਲਵੇ, ਇੱਥੋਂ ਬਰਾਤ ਗਏ ਸੀ ਬਖਤਗੜ੍ਹ, ਅਤੇ ਮੈਂ ਸਪੀਕਰ ਲੈ ਕੇ ਗਿਆ ਉਹਨਾਂ ਮਾਨਾ ਪਿੰਡ ਵਾਲਿਆਂ ਨੂੰ, ਕਹਿੰਦੇ ਵੀ ਸਪੀਕਰ ਉਹ ਬਾਈ ਦਾ ਹੋਣਾ ਚਾਹੀਦਾ, ਉਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਉੱਥੇ ਉਹਨਾਂ ਦੀ ਚੱਲਦਾ ਹੁੰਦਾ ਸਾਡੇ ਕੋਲ ਤਾਂ, ਅਤੇ ਤਕਰੀਬਨ ਸਾਰੇ ਪਿੰਡ 'ਚ ਮਸੂਰੀ ਤੀ ਆਪਣੀ ਵਧੀਆ, ਅਤੇ ਉੱਥੇ ਜਦੋਂ ਮੈਂ ਭਾਈ ਨੰਦਾ 'ਤੇ ਸਪੀਕਰ ਲਾਇਆ ਹੋਇਆ ਅਤੇ ਬਾਈ ਜੀ ਆ ਗਏ, ਨੰਦਾ ਵਾਲੇ ਵਿਆਹਲੇ ਘਰ ਵੱਗ ਗਏ, ਪਹਿਲਾਂ ਉਹ ਮੇਰੇ ਨਾਲ ਦਾ ਸਾਥੀ ਹਾਰਨ ਬੰਨੀ ਗਿਆ, ਮੈਂ ਉੱਥੇ ਆਨੰਦ ਕਰਾਈਆ ਬੈਠਾ, ਅਤੇ ਮੈਨੂੰ ਕਹਿੰਦਾ ਬਾਈ ਜੱਗਾ ਸਿੰਘ ਚੱਕ ਸਮਾਨ, ਮੈਂ ਉਹ ਤਾਂ ਝਾਕਿਆ, ਮੈਂ ਮੂੰਹ ਕੀਤਾ ਬਾਈ ਜੀ ਖੜ੍ਹੇ, ਮੈਂ ਬਾਈ ਜੀ ਚਮਕੀਲਾ ਜੀ ਐਂ ਹੁਣ ਮੈਂ ਕਿਵੇਂ ਚੱਕ ਲਾਂ, ਇਹਦਾ ਆਨੰਦ ਨਹੀਂ ਹੋਏ, ਉਹ ਕਹਿੰਦਾ ਯਾਰ ਮੈਂ ਜਾਣਾ ਮੇਰਾ ਮੂਹਰੇ ਟਾਈਮ ਹੈ, ਅਤੇ ਉਹਨੂੰ ਇੰਨਾ ਜਾਣੀ ਕਹਿੰਦਾ ਵੀ ਮੈਂ 12 ਤੋਂ 2 ਵਜੇ ਤੱਕ ਮੈਂ ਇਹਨਾਂ ਨੂੰ ਲਿਖਾਇਆ ਹੋਇਆ ਟਾਈਮ, ਇਸ ਤੋਂ ਬਾਅਦ ਮੈਨੂੰ ਟਾਈਮ ਨਹੀਂ ਹੈਗਾ, ਮਹਾਂ ਜੀ ਫਿਰ ਹੁਣ ਮੇਰੀ ਤਾਂ ਮਜਬੂਰੀ ਹੈ, ਮੈਂ ਆਨੰਦ ਕਰਾਏ ਬਿਨਾਂ ਸਮਾਨ ਹੀ ਨਹੀਂ ਚੱਕ ਸਕਦਾ। ਦੇਖੋ ਜੀ ਆਨੰਦ ਹੋ ਗਏ, ਕਾਹਲੀ ਕਾਹਲੀ 'ਚ ਆਪ ਚੱਕ ਲਿਆ ਸਮਾਨ ਪਤੰਦਰ ਨੇ, ਮੈਨੂੰ ਫੜਾ ਕੇ ਨਾ ਕੁਛ ਤਾਂ। ਚਮਕੀਲਾ ਸਾਹਿਬ ਵੱਲੋਂ ਇੰਨੇ ਦਿਲਦਾਰ ਬੰਦੇ ਸੀ, ਕਿਉਂਕਿ ਅੱਜ ਕੱਲ੍ਹ ਤਾਂ ਨਾ ਜਿਹੜੇ ਕਿਸੇ ਇੱਕ ਕਲਾਕਾਰ ਦਾ ਜੇਕਰ ਨਾ ਹੋ ਜਾਂਦਾ ਨਾ ਥੋੜ੍ਹਾ ਜਿਹਾ, ਮੈਂ ਕਹਿੰਦਾ ਵੱਡੀਆਂ ਗੱਡੀਆਂ ਫੋਰਚੂਨਰ ਵੱਟਦੀ ਹੁੰਦੀ ਹੈ ਕਿ ਇੱਕ ਗਾਣਾ ਹਿੱਟ ਹੋਣ ਦੀ ਬਸ ਕਮੀ ਹੁੰਦੀ ਹੈਗੀ। ਇੰਨੇ ਦਿਲਦਾਰ ਬੰਦੇ ਸੀਗੇ ਚਮਕੀਲਾ ਸਾਹਿਬ, ਵੀ ਇੰਨੇ ਹਿੱਟ ਹੋਣ ਦੇ ਬਾਵਜੂਦ ਵੀ ਕੰਮ ਕਰਾ ਦਿੰਦੇ ਸੀ ਨਾ। ਜਿਹੜੀ ਮੈਂ ਗੱਲ ਕਹਿ ਰਿਹਾ ਬਿਲਕੁਲ ਸੱਚਾਈ ਹੈ, ਇਹ ਬਖਤਗੜ੍ਹ ਜੰਨ ਗਏ ਸੀ ਧਨੌਲੇ ਤੋਂ ਮਾਨਾ ਪਿੰਡੀ 'ਚੋਂ, ਅਤੇ ਵਿਆਹ ਨੇ ਘਰ ਜਾ ਕੇ ਮੇਰੇ ਕੋਲ ਖੜ ਕੇ ਕਹਿੰਦਾ, ਮੈਨੂੰ ਕਹਿੰਦਾ ਮੈਨੂੰ ਫੜਾ ਸਮਾਨ ਜਿਹੜਾ ਫੜਾਉਣ ਵਾਲਾ, ਚੱਲੀਏ ਕਹਿੰਦਾ। ਚਲੋ ਮਾਂ ਠੀਕ ਹੈ ਜੀ, ਅਸੀਂ ਆਏ ਫਟਾਫਟ ਫਿੱਟ ਕੀਤੇ ਹੋਏ ਸੀ ਹਾਰਨ ਹੂਰਨ, ਅਤੇ ਲਾਤਾ ਜੀ ਚੱਲ ਪਿਆ ਪ੍ਰੋਗਰਾਮ, ਵਧੀਆ ਚੱਲਿਆ। ਅਤੇ ਉਦੋਂ ਇੰਨੇ ਬਸ ਟਾਈਮ ਹੋ ਗਿਆ ਜੀ ਉਹਨਾਂ ਦਾ, ਟਾਈਮ ਹੋ ਗਿਆ, ਕਹਿੰਦੇ ਵੀ ਦੇਖੋ ਮਿੱਤਰੋ ਹੁਣ ਤੁਸੀਂ ਹਜੇ ਜਿਹੜੇ ਬਰਾਤ ਵਾਲੇ ਸਾਥੀ ਸੀ ਉਹਦਾ ਲੋਟ ਜੀ ਹੁੰਦੇ ਨੇ, ਹਜੇ ਦਾਰੂ ਦੂਰੂ ਜੀ ਪੀਣ ਲੱਗ ਗਏ ਵੀ ਚੱਲ ਆਪਾਂ ਸੁਣਾਂਗੇ ਵਧੀਆ, ਇੰਨੇ 12 ਵੱਜ ਗਏ ਜੀ ਉਹਨਾਂ ਦੇ, 2 ਵੱਜ ਗਏ, 12 ਵਜੇ ਸਟਾਰਟ ਕੀਤਾ ਸੀ ਪ੍ਰੋਗਰਾਮ, 2 ਵੱਜ ਗਏ ਜੀ, ਅਤੇ 2 ਵੱਜ ਗਏ, ਕਹਿੰਦਾ ਜੀ ਸਾਥੀਓ ਮੈਂ ਇੱਕ ਗਾਣਾ ਲਾਉਣਾ ਹੁਣ ਬਸ, ਇਸ ਤੋਂ ਬਾਅਦ ਮੈਂ ਮੇਰਾ ਟਾਈਮ ਨਹੀਂ ਹੈਗਾ। ਹਾਂਜੀ ਤੁਸੀਂ ਐਂ ਮੰਨ ਲਓ ਵੀ ਲੋਕ ਕੁਰਸੀਆਂ 'ਤੇ ਬੈਠੇ ਨਾ ਐਂ ਖੜ੍ਹੇ ਹੋ ਗਏ ਵੀ ਯਾਰ ਨਹੀਂ ਜਾਣ ਦੇਣਾ ਤੈਨੂੰ, ਨਹੀਂ ਜਾਣ ਦੇਣਾ, ਉਹ ਕਹਿੰਦਾ ਵੀ ਦੇਖੋ ਮੇਰੀ ਮਜਬੂਰੀ ਹੈ, ਮੈਨੂੰ ਜਾਣਾ ਪੈਣਾ, ਇਸ ਕਰਕੇ ਵੀ ਤੁਸੀਂ ਮਤਲਬ ਮੈਨੂੰ ਇਜਾਜ਼ਤ ਦਿਓ। ਜੱਗਾ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਮੇਰਾ ਅਖੀਰ ਸਵਾਲ ਹੀ ਹੋਊਗਾ ਇਹ, ਕਿਉਂਕਿ ਅੱਜ ਕੱਲ੍ਹ ਜਿਹੜਾ ਸਿੰਗਰ ਹੁੰਦੇ ਨੇਗੇ ਅਗਰ ਥੋੜ੍ਹਾ ਜਿਹਾ ਵੀ ਕੋਈ ਹਿੱਟ ਹੁੰਦਾ ਹੈਗਾ ਨਾ, ਬਾਊਂਸਰ ਨਾਲ ਰੱਖਣ ਲੱਗ ਜਾਂਦੇ ਨੇਗੇ, ਨਾਲ 4 ਵੱਡੇ ਵੱਡੇ ਡੌਲਿਆਂ ਵਾਲੇ ਵੱਡੇ ਵੱਡੇ ਸਰੀਰ ਵਾਲੇ ਨਾ ਬੋਡੀਗਾਰਡ ਰੱਖਣ ਲੈਂਦੇ ਹੈਗੇ ਵੀ ਕੋਈ ਬੰਦਾ ਕੋਲੇ ਨਾ ਆ ਜੇ, ਕੀ ਉਸ ਸਮੇਂ ਜਦੋਂ ਚਮਕੀਲਾ ਸਾਹਿਬ ਅਖਾੜਿਆਂ ਦੇ ਵਿੱਚ ਆਉਂਦੇ ਸੀ ਤੁਸੀਂ ਤਾਂ ਉਹਨਾਂ ਨੂੰ ਆਪਦੀ ਅੱਖੀਂ ਦੇਖਦੇ ਰਹੋਗੇ, ਅੱਖਾਂ ਗੱਲਾਂ ਕਰਦੇ ਰਹੋਗੇ, ਉਦੋਂ ਵੀ ਇਹ ਚੀਜ਼ ਹੁੰਦੀ ਸੀ ਕਿ ਬਾਊਂਸਰ ਲੈ ਕੇ ਆਉਂਦੇ ਸੀ ਨਾਲ ਕੋਈ? ਉਹ ਤਾਂ ਸਮਕਰ ਰਾਹ ਸਾੜ ਦਿੰਦੇ ਹੁੰਦੇ ਵੀ ਬਾਈ ਨੂੰ ਕਹਿੰਦਾ ਜਾਣ ਦਿਓ ਸਟੇਜ 'ਤੇ ਵੀ ਕਿਉਂ ਕਦੋਂ ਗਾਉਣ ਲੱਗੇ ਅਤੇ ਕਦੋਂ ਇਹਦਾ ਪ੍ਰੋਗਰਾਮ ਸੁਣੀ ਹੈ। ਉਹ ਤਾਂ ਇੰਨਾ ਮਤਲਬ ਚਮਕੀਲੇ ਨੂੰ ਖਾਸ ਕਰਕੇ ਚਮਕੀਲੇ ਨੂੰ ਤਾਂ ਜਾਣੀ ਇੰਨਾ ਲੋਕ ਚਾਹੁੰਦੇ ਸੀਗੇ ਜੀ, ਦੇ ਕਹਿਣ ਤੋਂ ਬਾਹਰ ਬਹੁਤ ਜਾਣੇ ਇਹਦੀ ਇੰਨੀ ਵਧੀਆ ਲੋਕਾਂ ਦੇ ਵਿੱਚ ਪਰਚੋਂ ਅਤੇ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਜਿਹੜੇ ਗੀਤ ਗਾਏ ਉਹਨੇ, ਮੈਂ ਕਹਿੰਦਾ ਬਹੁਤ ਹੀ ਵਧੀਆ। ਅੱਜ ਕੱਲ੍ਹ ਦੇ ਮੁੰਡੇ ਤਾਂ ਉਹਦੇ ਪੈਰ ਵਰਗੇ ਵੀ ਨਹੀਂ, ਜਿਹੜੇ ਹੁਣ ਗਾਉਂਦੇ ਆ ਉਹਨਾਂ ਨੂੰ ਨਾ ਸਮਝ ਆਉਂਦੀ ਆ ਨਾ ਉਹਨਾਂ ਦਾ ਪਤਾ ਲੱਗਦਾ ਕੀ ਕਹਿੰਦੇ ਆ, ਅਤੇ ਉਹਨਾਂ ਨੇ ਇਕੱਲੀ ਇਕੱਲੀ ਗੱਲ ਸਮਝਾਉਣੀ ਲੋਕਾਂ ਨੂੰ, ਅਤੇ ਵਧੀਆ ਗੀਤ ਮਤਲਬ ਸਮਾਜਿਕ ਗੀਤ ਗਾਏ ਆ ਬੰਦੇ ਨੇ,
पर वो बंदा मैं कहना भी जिंदगी भर भुल नहीं सकता मेरे तो वह जवाक भी याद रखे उन्होंने। बिल्कुल बिल्कुल, अगर देखा जाए तो चाहे उन्होंने साढ़े चो सदीवी विछोड़ा लिया काफ़ी समा हो चुका, पर अज भी जी चमकीला साहब की याद है लोगों के दिलों में रुझी हुई हैगी। अज भी लोग ने जेडे चमकीला साहब के गीत सुन के उन्होंने याद में ताज़ा करते हैं, तो उन्होंने याद के कदम कदम इमोशनल भी हो जाते हैं। असं उम्मीद करते हैं वीडियो थोड़ी चंकी लगी होगी। जग्गा साहब का बहुत बहुत धन्यवाद करते हैं, जग्गा साहब तुम्हें सू टाइम दिता। असं उम्मीद करते हैं कि जेड़े कलाकार की यादा तुम दिल के समाई बैठे होंगे वो कलाकार बिल्कुल सत्कार देंदे रहो ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕਲਾਕਾਰਾਂ ਨੇ ਤੁਹਾਡਾ ਪਿਆਰ ਬਣਿਆ ਰਹੂਗਾ। ਬਹੁਤ ਬਹੁਤ ਧੰਨਵਾਦ ਜੀ। ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਤੁਸੀਂ ਇੱਥੇ ਆ ਕੇ ਮੈਨੂੰ ਮਤਲਬ ਪੁਰਾਣੀਆਂ ਯਾਦਾਂ ਯਾਦ ਕਰਾਈਆਂ। ਮੈਂ ਤੁਹਾਡਾ ਦਿਲੋਂ ਬਹੁਤ ਧੰਨਵਾਦ ਕਰਦਾ ਜੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਸਾਡਾ ਜੱਗਾ ਜੀ ਨਾਲ ਮੁਲਾਕਾਤ ਕਰਾਉਣ ਦਾ ਮਕਸਦ ਇਹੀ ਸੀ ਕਿ ਤੁਹਾਨੂੰ ਦੱਸਿਆ ਜਾਵੇ ਕਿ ਜੋ ਚਮਕੀਲਾ ਸਾਹਿਬ ਸੀਗੇ ਜਾਂ ਫਿਰ ਕਹਿ ਸਕਦੇ ਪੁਰਾਣੇ ਕਲਾਕਾਰ ਸੀ, ਉਹਨਾਂ ਦਾ ਅਸਲ ਦੇ ਵਿੱਚ ਗਾਉਣ ਕਿਹੋ ਜਿਹਾ ਸੀ, ਜਾਂ ਫਿਰ ਕਹਿ ਸਕਦੇ ਹਾਂ ਕਿ ਲੋਕਾਂ ਪ੍ਰਤੀ ਵਿਵਹਾਰ ਸੀ ਜਿਹੜਾ, ਲੋਕਾਂ ਪ੍ਰਤੀ ਪਿਆਰ ਸੀ ਜਿਹੜਾ, ਉਹ ਕਿਸ ਤਰ੍ਹਾਂ ਦਾ ਸੀਗਾ। ਜੱਗਾ ਸਾਹਿਬ ਜੀ ਨੇ ਜਿਵੇਂ ਕਿ ਦੱਸਿਆ ਕਿ ਜਦੋਂ ਚਮਕੀਲਾ ਸਾਹਿਬ ਆਉਂਦੇ ਸੀਗੇ ਇੰਨੇ ਕੁ ਦਿਲਦਾਰ ਬੰਦੇ ਸੀਗੇ ਯਾਰ, ਹੈ ਨਾ, ਵੀ ਜੇਕਰ ਕੋਈ ਸਮਾਨ ਕਈ ਵਾਰ ਹੁੰਦਾ ਸੀ ਨਾ, ਲੱਗਦਾ ਸੀ ਨਾ ਵੀ ਬੰਦੇ ਕੋਲ ਵੀ ਯਾਰ ਸਮਾਨ ਚੱਕਣ ਲਈ ਸਪੇਸ ਨਹੀਂ ਹੈਗੀ ਜਾਂ ਫਿਰ ਫ੍ਰੀ ਨਹੀਂ ਹੈਗਾ, ਤਾਂ ਖੁਦ ਵੀ ਚੱਕ ਕੇ ਲੈ ਜਾਂਦੇ ਸੀ, ਇੰਨੇ ਕੁ ਦਿਲਦਾਰ ਬੰਦੇ ਸੀ। ਮੈਂ ਕਹਿੰਦਾ ਅੱਜ ਕੱਲ੍ਹ ਦੇ ਜਿਹੜੇ ਕਲਾਕਾਰ ਨੇ, ਅੱਜ ਕੱਲ੍ਹ ਦੇ ਕਲਾਕਾਰ ਤਾਂ ਮੈਂ ਕਹਿੰਦਾ ਜੇ ਗੀਤ ਹਿੱਟ ਹੋ ਜਾਏ ਨਾ ਤਾਂ ਮੈਂ ਕਹਿੰਦਾ ਚੌਥੇ ਪੰਜਵੇਂ ਦਿਨ ਫੋਰਚੂਨਰ ਵੱਟ 'ਤੇ ਪਈ ਹੁੰਦੀ ਹੈ ਕਿ ਯਾਰ ਵੀ ਹੁਣ ਤਾਂ ਵੱਡੀ ਫੋਰਚੂਨ ਕਢਾ ਲਓ, ਬਾਹਰ ਹੀ ਨਹੀਂ ਨਿਕਲਣਾ ਆਪਾਂ ਨੇ, ਇੰਨਾ ਕੁ ਸ਼ੋਸ਼ਾ ਹੋ ਚੁੱਕਿਆ ਹੈਗਾ ਲੋਕਾਂ ਦੇ ਵਿੱਚ। ਪਰ ਅਸੀਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਵੀ ਲੱਗੀ ਹੋਊਗੀ ਅਤੇ ਤੁਸੀਂ ਹਮੇਸ਼ਾ ਚਮਕੀਲਾ ਸਾਹਿਬ ਜੀ ਨੂੰ ਪਿਆਰ ਕਰਦੇ ਰਹੋਗੇ ਅਤੇ ਉਹਨਾਂ ਨੂੰ ਸਤਿਕਾਰ ਵੀ ਕਰਦੇ ਰਹੋਗੇ। ਅਸੀਂ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਵੀ ਲੱਗੀ ਹੋਊਗੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ। ਉਦੋਂ ਤੱਕ ਦੇ ਲਈ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ, ਮੈਨੂੰ ਯਾਨੀ ਕਿ ਹਰਦੀਪ ਸ਼ੇਰਪੁਰ ਦਿਓ ਇਜਾਜ਼ਤ, ਧੰਨਵਾਦ।